ਤਾਂ ਇੱਕ ਵਾਰ ਫਿਰ ਟ੍ਰੇਨ ਨੂੰ ਪਲਟਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਗਈ ਆ। ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਟ੍ਰੇਨ ਨੂੰ ਉਡਾਉਣ ਦਾ ਪਲੈਨ ਆ ਜਿਹੜਾ ਉਹ ਬਣਾਇਆ ਜਾਂਦਾ। ਤਾਂ ਰੇਲਵੇ ਟਰੈਕ ਦੇ ਵਿਚਾਲੇ ਗੈਸ ਦੇ ਨਾਲ ਭਰਿਆ ਹੋਇਆ ਇੱਕ LPG ਸਿਲੰਡਰ ਆ ਜਿਹੜਾ ਉਹ ਰੱਖਿਆ ਜਾਂਦਾ ਅਤੇ ਉਸ ਸਿਲੰਡਰ ਦੇ ਨਾਲ ਬੋਤਲ ਦੇ ਵਿੱਚ ਇੱਕ ਕੈਮੀਕਲ ਪਾ ਕੇ ਰੱਖਿਆ ਜਾਂਦਾ ਅਤੇ ਨਾਲ ਹੀ ਮਾਚਿਸ ਦੀਆਂ ਡੱਬੀਆਂ ਨੇ ਜਿਹੜੀਆਂ ਉਹ ਵੀ ਉੱਥੇ ਰੱਖੀਆਂ ਜਾਂਦੀਆਂ ਨੇ। ਤਾਂ ਕਾਲਿੰਦੀ ਐਕਸਪ੍ਰੈਸ ਜਦੋਂ ਕਾਨਪੁਰ ਦੇ ਸ਼ਿਵਰਾਜਪੁਰ ਦੇ ਕੋਲ ਪਹੁੰਚਦੀ ਆ ਤਾਂ ਉਸ ਸਮੇਂ ਟ੍ਰੇਨ ਦਾ ਡਰਾਈਵਰ ਦੇਖਦਾ ਕਿ ਟਰੈਕ ਦੇ ਉੱਪਰ ਇੱਕ ਸਿਲੰਡਰ ਪਿਆ। ਤਾਂ ਜਦੋਂ ਉਸਦੇ ਵੱਲੋਂ ਉਸ ਸਿਲੰਡਰ ਨੂੰ ਦੇਖਿਆ ਜਾਂਦਾ ਤਾਂ ਡਰਾਈਵਰ ਦੇ ਵੱਲੋਂ ਐਮਰਜੈਂਸੀ ਬ੍ਰੇਕ ਆ ਜਿਹੜੀ ਉਹ ਲਗਾ ਦਿੱਤੀ ਜਾਂਦੀ ਆ। ਪਰ ਐਮਰਜੈਂਸੀ ਬ੍ਰੇਕ ਲਗਾਉਣ ਤੋਂ ਬਾਅਦ ਵੀ ਸਿਲੰਡਰ ਆ ਜਿਹੜਾ ਉਸਦੀ ਟੱਕਰ ਟ੍ਰੇਨ ਦੇ ਨਾਲ ਹੋ ਜਾਂਦੀ ਆ, ਕਿਉਂਕਿ ਜਿਹੜੀ ਟ੍ਰੇਨ ਹੈ ਉਸਦੀ ਰਫ਼ਤਾਰ ਕਾਫ਼ੀ ਜ਼ਿਆਦਾ ਤੇਜ਼ ਹੁੰਦੀ ਆ। ਤਾਂ ਸਿਲੰਡਰ ਅਤੇ ਟ੍ਰੇਨ ਦੀ ਆਪਸ ਦੇ ਵਿੱਚ ਟੱਕਰ ਆ ਜਿਹੜੀ ਉਹ ਹੋ ਜਾਂਦੀ ਆ। ਗਨੀਮਤ ਇਹ ਰਹਿੰਦੀ ਆ ਕਿ ਜਦੋਂ ਇਹ ਟੱਕਰ ਹੋਈ ਉਸ ਸਮੇਂ ਗੈਸ ਸਿਲੰਡਰ ਆ ਜਿਹੜਾ ਉਹ ਨਹੀਂ ਫਟਦਾ। ਜੇਕਰ ਗੈਸ ਸਿਲੰਡਰ ਫਟ ਜਾਂਦਾ ਤਾਂ ਉੱਥੇ ਇੱਕ ਵੱਡਾ ਹਾਦਸਾ ਜਿਹੜਾ ਉਹ ਵਾਪਰ ਸਕਦਾ ਸੀ। ਤਾਂ ਜਦੋਂ ਟ੍ਰੇਨ ਦੇ ਨਾਲ ਉਹ ਗੈਸ ਸਿਲੰਡਰ ਟਕਰਾਇਆ ਤਾਂ ਗੈਸ ਸਿਲੰਡਰ ਕਾਫ਼ੀ ਦੂਰੀ 'ਤੇ ਜਾ ਡਿੱਗਿਆ। ਤਾਂ ਜਦੋਂ ਟ੍ਰੇਨ ਦਾ ਡਰਾਈਵਰ ਗੱਡੀ ਰੋਕ ਕੇ ਹੇਠਾਂ ਉਤਰ ਕੇ ਦੇਖਦਾ ਤਾਂ ਉਸਨੂੰ ਉਸ ਸਮੇਂ ਕੋਈ ਵੀ ਚੀਜ਼ ਆ ਜਿਹੜੀ ਉੱਥੇ ਨਹੀਂ ਦਿਖਾਈ ਦਿੰਦੀ। ਤਾਂ ਤੁਰੰਤ ਜਿਹੜੀਆਂ ਟੀਮਾਂ ਨੇ ਉਹ ਉੱਥੇ ਪਹੁੰਚ ਜਾਂਦੀਆਂ ਨੇ। ਜਦੋਂ ਜਾਂਚ ਕੀਤੀ ਜਾਂਦੀ ਆ ਤਾਂ ਟੀਮਾਂ ਨੂੰ ਇੱਕ LPG ਗੈਸ ਸਿਲੰਡਰ ਆ ਜਿਹੜਾ ਉਹ ਦਿਖਦਾ, ਜਿਹੜਾ ਕਿ ਬੁਰੀ ਤਰ੍ਹਾਂ ਚਿਬਿਆ ਜਾਂਦਾ ਅਤੇ ਉਸਦੇ ਨਾਲ ਹੀ ਕੁਝ ਕੈਮੀਕਲ ਬੋਤਲ ਦੇ ਵਿੱਚ ਵੀ ਪਾਇਆ ਦਿਖਾਈ ਦਿੰਦਾ। ਤਾਂ ਮੌਕੇ ਦੇ ਉੱਪਰ ਪਹੁੰਚੀਆਂ ਟੀਮਾਂ ਦੇ ਵੱਲੋਂ ਮੌਕੇ ਦੇ ਉੱਪਰ ਜਾਂਚ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਜਾਂਦੀ ਆ। ਤਾਂ ਪਹਿਲਾਂ ਵੀ ਅਸੀਂ ਇਸ ਤਰ੍ਹਾਂ ਦੇ ਹਾਦਸੇ ਨੇ ਜਿਹੜੇ ਉਹ ਸੁਣ ਚੁੱਕੇ ਹਾਂ, ਜਿੱਥੇ ਰੇਲਵੇ ਪਟੜੀਆਂ ਦੇ ਉੱਪਰ ਕਾਫ਼ੀ ਜ਼ਿਆਦਾ ਸਮਾਨ ਆ ਜਿਹੜਾ ਉਹ ਲੋਕਾਂ ਦੇ ਵੱਲੋਂ ਰੱਖ ਦਿੱਤਾ ਜਾਂਦਾ ਤਾਂ ਜੋ ਵੱਡੀ ਦੁਰਘਟਨਾ ਜਿਹੜੀ ਉਹ ਵਾਪਰ ਸਕ। ਤਾਂ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਟ੍ਰੇਨ ਨੂੰ ਪਲਟਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਗਈ ਆ, ਜਿੱਥੇ ਟਰੈਕ ਦੇ ਵਿਚਾਲੇ ਇੱਕ LPG ਗੈਸ ਸਿਲੰਡਰ ਆ ਜਿਹੜਾ ਉਹ ਰੱਖਿਆ ਜਾਂਦਾ। ਇਸ ਸਿਲੰਡਰ ਦੇ ਨਾਲ ਕੁਝ ਮਾਚਿਸ ਦੀਆਂ ਤੀਲੀਆਂ ਨੇ ਜਿਹੜੀਆਂ ਉਹ ਵੀ ਰੱਖੀਆਂ ਜਾਂਦੀਆਂ ਨੇ ਅਤੇ ਨਾਲ ਹੀ ਇੱਕ ਬੋਤਲ ਦੇ ਵਿੱਚ ਕੈਮੀਕਲ ਆ ਜਿਹੜਾ ਪਾ ਕੇ ਉਹ ਵੀ ਰੱਖਿਆ ਜਾਂਦਾ। ਤਾਂ ਟ੍ਰੇਨ ਦੀ ਰਫ਼ਤਾਰ ਆ ਜਿਹੜੀ ਕਾਫ਼ੀ ਜ਼ਿਆਦਾ ਤੇਜ਼ ਹੁੰਦੀ ਆ। ਪਰ ਜਦੋਂ ਟ੍ਰੇਨ ਦੇ ਡਰਾਈਵਰ ਦੇ ਵੱਲੋਂ ਉਸ ਗੈਸ ਸਿਲੰਡਰ ਨੂੰ ਦੇਖਿਆ ਜਾਂਦਾ ਤਾਂ ਟ੍ਰੇਨ ਦੇ ਡਰਾਈਵਰ ਦੇ ਵੱਲੋਂ ਐਮਰਜੈਂਸੀ ਬ੍ਰੇਕ ਆ ਜਿਹੜੀ ਉਹ ਲਗਾ ਦਿੱਤੀ ਜਾਂਦੀ ਆ। ਪਰ ਬ੍ਰੇਕ ਲਗਾਉਣ ਤੋਂ ਬਾਅਦ ਵੀ ਗੈਸ ਸਿਲੰਡਰ ਆ ਜਿਹੜਾ ਉਹ ਟ੍ਰੇਨ ਦੇ ਨਾਲ ਟਕਰਾ ਜਾਂਦਾ, ਕਿਉਂਕਿ ਰਫ਼ਤਾਰ ਆ ਜਿਹੜੀ ਕਾਫ਼ੀ ਜ਼ਿਆਦਾ ਤੇਜ਼ ਹੁੰਦੀ ਆ। ਤਾਂ ਗਨੀਮਤ ਇਹ ਰਹਿੰਦੀ ਆ ਕਿ ਉਹ ਗੈਸ ਸਿਲੰਡਰ ਆ ਜਿਹੜਾ ਨਹੀਂ ਫਟਦਾ। ਜੇਕਰ ਉਹ ਗੈਸ ਸਿਲੰਡਰ ਫਟ ਜਾਂਦਾ ਤਾਂ ਇੱਕ ਵੱਡਾ ਹਾਦਸਾ ਜਿਹੜਾ ਉਹ ਵਾਪਰ ਸਕਦਾ ਸੀ। ਤਾਂ ਕਾਨਪੁਰ ਦੀ ਇਹ ਘਟਨਾ ਜਿਹੜੀ ਉਹ ਦੱਸੀ ਜਾ ਰਹੀ ਆ, ਜਿੱਥੇ ਰਾਤ ਦੇ ਸਮੇਂ ਕਾਲਿੰਦੀ ਐਕਸਪ੍ਰੈਸ ਗੱਡੀ ਆ ਜਿਹੜੀ ਜਦੋਂ ਕਾਨਪੁਰ ਦੇ ਸ਼ਿਵਰਾਜਪੁਰ ਦੇ ਕੋਲ ਪਹੁੰਚਦੀ ਆ ਤਾਂ ਉਸ ਸਮੇਂ ਇਸ ਦੀ ਟੱਕਰ ਜਿਹੜੀ ਇੱਕ ਗੈਸ ਸਿਲੰਡਰ ਦੇ ਨਾਲ ਹੋ ਜਾਂਦੀ।